चलो ठीक है। أعوذ بالله من الشيطان الرجيم بسم الله الرحمن الرحيم يا ਬੰਦੇ ਦੇ ਰਿਜ਼ਕ ਚ ਬਰਕਤ ਪਾਉਂਦੀ ਹੈ। ਆਲੇ ਮੁਹੰਮਦ ਦੀ ਜ਼ਾਤ ਤੇ ਬੁਲੰਦ ਆਵਾਜ਼ ਨਾਲ ਸਲਵਾਤ। ਜੁਗ ਜੁਗ ਜੀਵੋ ਤੇ ਜਿਵੇਂ ਮੈਂ ਆਖਿਆ ਹਰ ਕੋਈ ਜੋ ਵਸਦਾ ਪਿਆ। ਚਲੋ ਜ਼ਿਆਦਾ ਨਹੀਂ, ਪੰਜਾਂ ਛੀਆਂ ਮੌਜਿਆਂ 'ਚ ਤਾਂ ਵਹਿੰਦੇ ਹੋ, ਸੋ ਅੱਠਾਂ ਮੁਲਕਾਂ 'ਚ ਮੈਂ ਗਈ ਹਾਂ, ਉਹਨਾਂ ਦੇ ਰਹਿਣ ਸਹਿਣ ਜਾਣਨਾ, ਮਿਜ਼ਾਜ ਤੋਂ ਵਾਕਿਫ ਹਾਂ, ਹਰ ਚੀਜ਼ ਅੱਖੀ ਨਾਲ ਵੇਖ ਕੇ ਆ ਜਾ ਖੜਾ। ਅਲਮ ਗਵਾਹ ਬਣਾ ਕੇ ਪਿਆਦਾ ਚਾਚਾ ਅਫਜ਼ਲ ਖਾਨ, ਜਿਹੜਾ ਮੈਂ ਨਤੀਜਾ ਕੱਢਿਆ ਪਿਆ, ਹਰ ਕੋਈ ਵਸਦਾ ਹੈ ਦੁਨੀਆ ਤੇ, ਸਾਦਾਤ ਰੁਲੀ ਜਾ ਜਾ ਤੇ, ਹਰ ਮੁਲਕ ਤੇ ਮੇਰੀਆਂ ਸੈਣੀ ਰੁਲੀਆਂ, ਲਾ ਅਗਲੀ ਨਾਲ ਔਲਾਦ। ਹਾਏ ਹਾਏ, ਮੈਂ ਬਿਸਮਿਲਲਾ ਕਰਾਂ, ਮੈਂ ਬਿਸਮਿਲਲਾ ਕਰਾਂ, ਅਲਹਮਦੁਲਿਲਾ ਪਿਆ ਹਰ ਕੋਈ ਵਸਦਾ ਹੀ ਦੁਨੀਆ ਤੇ, ਸਾਦਾਤ ਰੁਲੀ ਜਾ ਜਾ ਤੇ, ਹਰ ਮੁਲਕ ਤੇ ਮੇਰੀਆਂ ਸੈਣੀ ਰੁਲੀਆਂ, ਲਾ ਅਗਲੀ ਨਾਲ ਔਲਾਦ ਏ ਖਾਨ। ਕੁਰਾਨ ਆਖੋ ਅਲਹਮਦੁਲਿਲਾ ਪਿਆ ਹਰ ਕੋਈ ਵਸਦਾ ਦੁਨੀਆ ਤੇ, ਸਾਦਾਤ ਰੁਲੀ ਜਾ ਜਾ ਤੇ, ਹਰ ਮੁਲਕ ਤੇ ਮੇਰੀਆਂ ਸੈਣੀ ਰੁਲੀਆਂ, ਲਾ ਅਗਲੀ ਨਾਲ ਔਲਾਦ ਵਤਨ ਵਾਲਿਓ। ਕੁਰਾਨ ਆਖੋ, ਮੈਂ ਤੁਹਾਨੂੰ ਚਾਹ ਦੇਵਾਂ ਕਈ ਦਿਨ ਬੰਦੇ ਮੈਂ ਈਦ ਵਾਲੇ ਦੇ ਹੀ ਰੋਂਦੇ ਡਿੱਠੇ, ਹਾਲਾਂਕਿ ਈਦ ਖੁਸ਼ੀ ਦਾ ਨੇ, ਉਸ ਨੇ ਰੋਣ ਨਹੀਂ ਆਉਂਦਾ। ਕੁਰਾਨ ਆਖੋ, ਬੰਦੇ ਰੋਂਦੇ ਵਧੇ ਹਨ, ਕਿਉਂ ਬੰਦੇ ਰੋਂਦੇ ਹਨ, ਸਾਡੇ ਕਈ ਸਰਦਾਰ ਨਹੀਂ ਅੱਜ ਤਾਈਂ ਬੱਲੇ, ਹਨ ਡਰੇ ਹੋਏ ਯਾਰ ਵੀਰ ਦੀ ਰਾਤ, ਹਕਾਈ ਕੁੱਠੇ ਰੇ ਤੂੰ ਤੋਂ ਆਣ ਕੇ ਜਾਏ ਮੇਰੀ ਸੈਣ ਬਾਲ ਫਿਰਾ ਬਲਾ ਹੋਵੇ ਭਾਈ। ਸਾਡੇ ਕਈ ਸਰਦਾਰ ਉਹ ਨਹੀਂ ਅੱਜ ਤਾਈਂ ਬੱਲੇ, ਹਾਨੀ ਡਰੇ ਹੋਏ ਯਾਰ ਵੀ ਦੀ ਰਾਤ, ਉਹ ਕਈ ਕੁੱਠ ਹੋਏ ਰੇ ਤੂੰ ਤੂੰ ਆਣ ਕੇ ਜਾਏ ਮੇਰੀ ਸੈਣ ਬਾਲ। ਕਬੂਲੀਅਤ ਵਾਸਤੇ ਬੰਦ ਪੜੇ, ਚਲੋ ਮਨਜ਼ੂਰੀ ਮਿਲ ਜਾਵੇ, ਮੋਹਰ ਮਿਲ ਜਾਵੇ, ਤੁਹਾਡੀਆਂ ਹੰਝੂ ਵਾਸਤੇ ਬੰਦ ਪੜੇ, ਜੋ ਅੱਖੀਂ ਦਾ ਵਜ਼ੂ ਹੋ ਜਾਵੇ, ਛਾਲਾ
अच्छा नौकरी देवा, अगर थोड़ा जहा महसूस करें तो ये गल सुन वाली नहीं, महसूस करने वाली है। पिया हर कोई वसदा है, मैं कह अमीर दा नाम नहीं चाया, मैं कह गरीब दी गल नहीं कीती, मैं आखे पिया हर कोई आ वसदा है। दुनिया ते सादात रुली जा जाते, ओ हर मुल्क ते मेरियां सैणी रुलियां ला अगली ना। ਵਸਦਾ ਰੱਖੇ ਅਲੀ ਦੀਆਂ ਦੀਆਂ ਤੁਹਾਡੇ ਉੱਤੇ ਰਾਜ਼ੀ ਹੋ ਮੈਂ ਸ਼ਾਲਾ, ਮੇਰਾ ਵਤਨ ਵਸਦਾ ਰਹੇ, ਆਬਾਦ ਰਹੋ। ਇਮਾਮ ਹੁਸੈਨ ਤੁਹਾਨੂੰ ਅਜਰ ਦੇ, ਅੱਲਾ ਤੁਹਾਨੂੰ ਉਜਾ ਵਿਖਾਏ ਜਿੱਥੇ ਕਬਰਾਂ ਹੀ ਨਹੀਂ ਲੱਭਦੀਆਂ। ਕੁਰਾਨ ਆਖੋ ਤੁਹਾਨੂੰ ਮੈਂ ਚਾਹ ਦੇਣਾ, ਤੁਹਾਨੂੰ ਉਲਮਾ ਇਹ ਗੱਲ ਦੱਸੇ ਸਨ ਕਿ ਉਹ ਕਬਰਾਂ ਹੀ ਹਨ ਜਿਹੜੀਆਂ ਸਾਨੂੰ ਬਾਰਵੇਂ ਆ ਦੱਸਣੀਆਂ। ਪਤਾ ਨਹੀਂ ਕਿੱਥੇ ਕਿੱਥੇ ਰੁਲੀਆਂ ਅਤੇ ਕਿਵੇਂ ਕਿਵੇਂ ਰੁਲੀਆਂ, ਅਤੇ ਪਤਾ ਨਹੀਂ ਕਿੱਥੇ ਕਿੱਥੇ ਦਫਨ ਹਨ। ਬਾਰਵਾਂ ਆ ਦੱਸੇ ਸੀ ਜੋ ਇੱਥੇ ਹੀ ਸਾਡੀ ਦਫਨ ਹੈ, ਇੱਥੇ ਹੀ ਸਾਡੀ ਦਫਨ ਹੈ। ਅੱਲਾ ਤੁਹਾਨੂੰ ਇਹਨਾਂ ਜ਼ਰੀਆਂ ਦਾ ਸਲਾਮ ਨਸੀਬ ਕਰੇ, ਜਿਹਨਾਂ ਜ਼ਰੀਆਂ ਦਾ ਹਯਾ ਨਬੀ ਕਰੇ। ਮੇਰੀ ਦਿੱਲੀ ਦੁਆ, ਮੈਂ ਆਪਣੇ ਵਤਨ ਨੂੰ ਇਹ ਥੋੜ੍ਹੀ ਜਿਹੀ ਯਾਰ ਉੱਚਾ ਕਰ ਜਾਏ, ਥੋੜ੍ਹਾ ਅਗਰ ਹੁੰਦਾ ਤਾਂ ਥੋੜ੍ਹਾ ਜਿਹਾ ਉੱਚਾ ਕਰ ਜਾਏ, ਇਸ ਨੂੰ ਥੋੜ੍ਹਾ ਜਿਹਾ ਇੱਥੇ ਲੈ। ਸਮਝ ਨਾ ਆਈ
ਜਿਹੜੀਆਂ
ਸਾਈ ਸਾਈ ਰਾਜ਼ੀ ਹਾਂ ਮੈਂ ਨਹੀਂ ਤਾਂ ਮੇਰਾ ਸੱਚਾ ਬੇਟੇ ਦਾ ਫਰਕ ਉਹਨੂੰ ਤਾਂ ਸੋਈ ਤੂੰ ਕਹੀ ਦੇਖ ਲੈ ਸੀ ਅੱਲਾਹ ਕਾ ਜੋ ਤੇਰਾ ਰਾਜ਼ੀ ਹੋਵੇ ਇਹ ਮੈਂ ਹੱਥ ਬੰਦੀ ਖੜਾ ਮੈਂ ਇੱਕ ਨਹੀਂ ਆ ਤੇ ਜੋ ਮੈਂ ਤੁਹਾਡਾ ਮਹਿਮਾਨ ਆ ਤੂੰ ਸਮੇਂ ਨੂੰ ਫੇਰ ਦੁਆਈ ਕੀਤੀਆਂ ਮੌਲਾ ਮੈਨੂੰ ਰੰਗ ਲਾਇਆ ਮੈਂ ਜਦਾ ਬੰਦਨ ਤੇ ਖੜਾ ਹੋਵਾਂ ਉਸ ਵੇਲੇ ਮੈਂ ਚਾਹਣਾ ਹੋਇਆ ਖੜਾ ਹੋਵਾਂ ਯਾਨੀ ਮੈਨੂੰ ਬੜੇ ਮਾਣ ਹੁੰਦੇ ਨੂੰ ਫਖਰ ਮੇਰਾ ਮੈਂ ਮਾਣ ਦੀ ਸੂਰਤ ਵਿੱਚ ਲਾਲਾ ਮੈਂ ਇੱਥੇ ਖੜਾ ਜੋ ਹਾਂ ਮੈਂ ਚੈਲੇਂਜ ਨਾਲ ਰੂਹੇ ਜ਼ਮੀਨ ਤੇ ਚੈਲੇਂਜ ਨਾਲ ਖੜਾ ਦਾ ਕੋਈ ਵੀ ਨਹੀਂ ਪਰ ਚਾਹੀਦਾ
ਇਹਨਾਂ ਨੂੰ ਮੇਰਾ ਦਿਲ ਲੈ ਵੀ ਚਲੋ ਸ਼ਾਮ ਜੋ ਹੋ ਗਈ ਹੈ ਆਓ ਨਾਲ ਪਰਚਾ ਲਵੀਏ ਉਹਨਾਂ ਗਰੀਬਾਂ ਨੂੰ ਜਿਨ੍ਹਾਂ ਦੇ ਪਰਚਾ ਬਣਾ ਲਾ ਕੋਈ ਨਹੀਂ ਦੋ ਬੈਂਡ ਸੁਣਾਉਣਾ ਚਾਹੁੰਦਾ ਮੇਰਾ ਦੀਨ ਮੇਰੀ ਦੁਨੀਆ ਮੈਨੂੰ ਆ ਗਿਆ ਬਾਬਾ ਮੇਰੀ ਹਾਲਤ ਵੇ ਤੂੰ ਮਿਲਣ ਤੈਨੂੰ
کر کر اعلان تو استقامت سامی نے محترم حضرت نے مظلوم کربلا پر بابے لگا کے ظاہر فرما رہے تھے جناب زوار ملک موسی رضا تھے ان ساتھ 8 ربیع الثانی سالانہ ایک روزہ مجلس اعزاز دربار حضرت سید جلال گیلانی نزد باٹی بنگلہ 2024 زیر اہتمام جناب سید فخر امام گیلانی شاہ صاحب کے یہاں خطاب فرمائیں گے جناب سید علی رضا شاہ صاحب کا دور پھر غلام باس جفا حاجی زوال لیاقت حسن سمند بھانا جناب سید وقار حیدر شیرازی جناب ملک حسن رضا ہاشم چودھری ازار حسن گجر مارسوتین عارف بہار ذیشان حیدر بلوچ جناب مولانا سید صفر عباس شاہ صاحب آپ گڑھ مراجا دیگر کافی ذاکرین علماء کرام خطاب فرمائیں گے شریک ہو کے اجر عظیم حاصل کریں رانہ کے افروز ممبر ہیں شباز خطابت خطیب آل محمد وکیل حسینیت جناب علامہ مولانا سید صفر علی شاہ صاحب آپ گڑھ مراجا اور ان کے بعد ذاکر علی بحمد آل محمد سفیر اعضا جناب شہزاد صفیر خطاب فرمائیں گے ان کے بعد سید الزاکرین جناب سید الیاس رضا شاہ صاحب خان سر بکھر اور آخر تھے جناب حاجی زوار سید غیور صاحب شاہ صاحب آف بیا خطاب فرمی سے تزین دیوی پرہن خدیب آل محمد خدیب بلائد امیر المومنین جناب علامہ والانا سید صفر علی شاہ صاحب آف گڑھ راجہ پر محمد آل محمد بلان صلوات Allah